ਸਾਨੂੰ ਲਗਾਤਾਰ 6 ਮਹੀਨੇ ਹੋ ਗਏ ਜੀ। ਪਹਿਲਾਂ ਅਸੀਂ ਰੇਲਵੇ ਟਰੈਕਾਂ ਤੇ ਸੰਘਰਸ਼ ਕੀਤਾ, ਉਸ ਤੋਂ ਬਾਅਦ ਅਸੀਂ ਅੱਜ 25 ਨਵੰਬਰ ਤੋਂ ਲੈ ਕੇ ਲਗਾਤਾਰ ਦਿੱਲੀ ਦੇ ਬਾਰਡਰ ਤੇ ਬੈਠੇ ਆ। ਇਸ ਸਰਕਾਰ ਕੋਲੇ ਰੋਣਾ ਪਿੱਟਣਾ ਰੱਖਿਆ ਹੋਇਆ ਸੀ ਕਿ ਸਾਨੂੰ ਬਿਲਕੁਲ ਤੁਸੀਂ ਸੜਕ ਤੇ ਕਰਤਾ, ਅਸੀਂ ਤਾਂ ਹੀ ਸੜਕਾਂ ਤੇ ਬੈਠੇ ਆ ਕਿ ਸਾਡੇ ਜਿਹੜੇ ਤੁਹਾਡੇ ਕਾਲੇ ਤਿੰਨੇ ਕਾਨੂੰਨ ਹੈ ਇਹ ਸਾਨੂੰ ਮਨਜ਼ੂਰ ਨਹੀਂ ਗਏ, ਅਸੀਂ ਪੂਰਨ ਤੌਰ ਤੇ ਇਹਨਾਂ ਨੂੰ ਰੱਦ ਕਰਾਉਣਾ ਚਾਹੁੰਦੇ ਆ। ਇਹ ਜਿਹੜੀ ਸਰਕਾਰ ਹੈ ਇਹ ਸਾਡੇ ਬਾਰੇ ਕੁਛ ਵੀ ਨਹੀਂ ਸੁਣਦੀ, ਨਾ ਕੋਈ ਸਾਡੇ ਲਈ ਕਰ ਰਹੀ ਆ। ਉਹਦੇ ਵਿਰੋਧ ਦੇ ਵਿੱਚ ਜੇਕਰ ਇਹ ਸਰਕਾਰ ਇਸੇ ਤਰ੍ਹਾਂ ਸਾਡੇ ਕਾਲੇ ਕਾਨੂੰਨ ਨਹੀਂ ਰੱਦ ਕਰੂਗੀ, ਅਸੀਂ ਇਹਨਾਂ ਦਾ ਪੂਰਨ ਤੌਰ ਤੇ ਪੰਜਾਬ ਦੇ ਵਿੱਚੋਂ ਬਾਈਕਾਟ ਕਰਾਂਗੇ। ਖਾਸ ਕਰਕੇ ਅਸੀਂ ਮੁਕਤਸਰ ਜ਼ਿਲ੍ਹੇ ਨੂੰ ਸ਼ਹੀਦਾਂ ਦੀ ਧਰਤੀ ਨੂੰ ਬਿਲੋਂਗ ਕਰਦੇ ਹਾਂ। ਉਸ ਸ਼ਹੀਦਾਂ ਦੀ ਧਰਤੀ ਤੋਂ ਸਾਡੇ ਜ਼ਮੀਰ ਆ ਜਿਹੜੇ ਜਾਗਦੇ ਆ ਮਰੇ ਨਹੀਂ ਗਏ, ਤੇ ਜਿਹੜੇ ਮਰੇ ਜ਼ਮੀਰਾਂ ਵਾਲੇ ਇਲੈਕਸ਼ਨ ਲੜ ਰਹੇ ਆ ਜਾਂ ਜਿਹੜੇ ਵੋਟਾਂ ਉਹਨਾਂ ਨਾਲ ਰਲ ਕੇ ਮੰਗ ਰਹੇ ਆ, ਅਸੀਂ ਉਹਨਾਂ ਦਾ ਪੂਰਨ ਤੌਰ ਤੇ ਬਾਈਕਾਟ ਕਰਦੇ ਹਾਂ, ਪੂਰਨ ਤੌਰ ਤੇ ਵਿਰੋਧ ਕਰਦੇ ਹਾਂ। ਜਿਸ ਢੰਗ ਨਾਲ ਵੀ ਸਾਡੇ ਤੋਂ ਹੋਇਆ ਅਸੀਂ ਹਰ ਹਾਲਤ ਉਸੇ ਢੰਗਾਂ ਨਾਲ ਵਿਰੋਧ ਉਹਨਾਂ ਦਾ ਕਰਾਂਗੇ। ਇਸੇ ਕਾਰਨ ਹੀ ਅਸੀਂ ਅੱਜ ਪ੍ਰਧਾਨ ਮੰਤਰੀ ਦਾ ਪੁਤਲਾ ਫੂਕਿਆ ਕਿ ਅਸੀਂ BJP ਦਾ ਪੂਰਨ ਤੌਰ ਤੇ ਬਾਈਕਾਟ ਕਰਦੇ ਹਾਂ, ਪੂਰਨ ਤੌਰ ਤੇ ਵਿਰੋਧ ਕਰਦੇ ਹਾਂ।